ਲੁੱਟ ਦੇ ਇਰਾਦੇ ਨਾਲ ਘਰ 'ਚ ਦਾਖਲ ਹੋਏ ਲੁਟੇਰੇ, ਇੱਕ ਬਜ਼ੁਰਗ ਮਹਿਲਾ ਨੂੰ ਬਣਾਇਆ ਬੰਧਕ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਤੇ ਘਰ 'ਚੋਂ ਲੱਖਾਂ ਰੁਪਏ ਦਾ ਕੈਸ਼ ਅਤੇ ਗਹਿਣੇ ਚੱਕ ਹੋਏ ਫਰਾਰ। ਦੱਸਦੇ ਕਿ ਲੁਟੇਰਿਆਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਲੁੱਟ ਦੇ ਇਰਾਦੇ ਨਾਲ ਇਹ ਘਰ ਦੇ ਵਿੱਚ ਦਾਖਲ ਹੁੰਦੇ ਨੇ, ਜਿਸ ਤੋਂ ਬਾਅਦ ਇਹ ਘਰ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਬੰਧਕ ਬਣਾ ਲੈਂਦੇ ਨੇ ਅਤੇ ਬਜ਼ੁਰਗ ਮਹਿਲਾ ਨੂੰ ਬੰਨ ਕੇ ਫਿਰ ਲੁੱਟ ਦੀ ਵਾਰਦਾਤ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਤੇ ਘਰ ਦੇ ਵਿੱਚ ਪਏ ਲੱਖਾਂ ਰੁਪਏ ਦੇ ਗਹਿਣੇ ਤੇ ਕੈਸ਼ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਖਰੜ ਦਾ, ਜਿੱਥੇ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ ਰਾਤ ਦੇ ਕਰੀਬ 9 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਲੁਟੇਰਿਆਂ ਦੀ ਭਾਲ ਦੇ ਵਿੱਚ ਹੁਣ ਪੁਲਿਸ CCTV ਰਾਹੀਂ ਇਹਨਾਂ ਦੀ ਭਾਲ ਕਰ ਰਹੀ ਹੈ। ਤਾਂ ਵੱਡੀ ਖਬਰ ਆ ਰਹੀ ਹੈ ਖਰੜ ਤੋਂ, ਜਿੱਥੇ ਚੋਰਾਂ ਨੇ ਇੱਕ ਬਜ਼ੁਰਗ ਮਹਿਲਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਉਹ ਘਰ ਦੇ ਵਿੱਚ ਦਾਖਲ ਹੁੰਦੇ ਨੇ, ਫਿਰ ਬਜ਼ੁਰਗ ਮਹਿਲਾ ਨੂੰ ਇਹਨਾਂ ਵੱਲੋਂ ਬੰਧਕ ਬਣਾਇਆ ਜਾਂਦਾ, ਬੰਨ ਦਿੱਤਾ ਜਾਂਦਾ ਹੈ, ਫਿਰ ਘਰ ਦੇ ਵਿੱਚ ਪਈ ਨਕਦੀ ਅਤੇ ਗਹਿਣੇ ਲੱਭੇ ਜਾਂਦੇ ਨੇ ਤੇ ਫਿਰ ਉਹਨਾਂ ਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਸ ਸੰਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਹੁਣ ਪੁਲਿਸ ਕੋਲ ਲੱਗੇ CCTV ਫੁਟੇਜ ਰਾਹੀਂ ਉਹਨਾਂ ਚੋਰਾਂ ਦੀ ਭਾਲ ਕਰ ਰਹੀ ਹੈ। ਤਾਂ ਬੀਤੀ ਰਾਤ 9 ਵਜੇ ਦੀ ਇਹ ਘਟਨਾ ਸੀ ਜਿੱਥੇ ਚੋਰਾਂ ਨੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਤੇ ਫਿਲਹਾਲ ਪੁਲਿਸ ਦੇ ਹੱਥ ਹਾਲੇ ਕੋਈ ਵੀ ਸਬੂਤ ਨਹੀਂ ਲੱਗਿਆ। ਤਾਂ ਦੱਸ ਦਈਏ ਕਿ ਬਜ਼ੁਰਗ ਮਹਿਲਾ ਨੂੰ ਇਹਨਾਂ ਵੱਲੋਂ ਪਹਿਲਾਂ ਬੰਨਿਆ ਜਾਂਦਾ ਹੈ, ਫਿਰ ਘਰ ਦੇ ਵਿੱਚ ਪਈ ਨਕਦੀ ਅਤੇ ਗਹਿਣੇ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤੇ ਮੈਂ ਜਿੱਥੋਂ ਤੱਕ ਮੇਰਾ ਪੜੋਸੀ ਹੋਣ ਦੇ ਨਾਤੇ, ਮੈਨੂੰ ਕਿਹੜੀ ਕਲੋਨੀ ਹੈ ਸਰ? ਇਹ ਸ਼ਿਵਜੋਤ ਸ਼ਿਵਜੋਤ ਵਿੱਚ ਹੈ ਜੀ। ਹਾਂਜੀ, 3 ਨੰਬਰ ਵਾਰਡ ਪੈਂਦੀ ਹੈ ਜੀ। ਕੀ ਗੱਲ ਹੋਈ ਹੈ ਜੀ? ਇਹ ਜੀ 8:30 ਵਜੇ ਇਹ ਮੁੰਡਾ ਦੱਸ ਰਿਹਾ ਰਾਜ ਨਾਮ ਹੈ ਦਾ, ਜਿਹਦੇ ਘਰ ਚੋਰੀ ਹੋਈ ਆ। ਇਹ ਦੱਸਦਾ ਵੀ ਮੈਂ 8:30 ਵਜੇ 25 ਦਾ ਕ੍ਰਿਸਮਿਸ ਡੇ ਆ ਉਹਨੂੰ ਮਨਾਉਣ ਜਾ ਰਹੇ ਸੀ ਅਸੀਂ, ਤੇ 1/2 ਘੰਟੇ ਬਾਅਦ ਹੀ ਉਹ ਬੰਦੇ ਆਏ ਆ। ਮੂਮੈਂਟ ਜਿਹੜੀ ਅਸੀਂ ਸਾਡੇ ਕੈਮਰਿਆਂ ਦੇ ਵਿੱਚੋਂ ਮਿਲੀ ਆ ਉਹਦੇ ਹਿਸਾਬ ਨਾਲ 9 ਵਜੇ ਦਾ ਵਾਕਿਆ ਹੈ। 9:05 ਦੇ ਵਿੱਚ ਆਏ ਉਹ, ਆਣ ਕੇ ਉਹਨਾਂ ਆਵਾਜ਼ ਮਾਰੀ ਆ ਰਾਜ ਨੂੰ ਵੀ ਰਾਜ, ਅਤੇ ਉਹਨੇ ਮਾਤਾ ਨੇ ਕਿਹਾ ਕੌਣ ਆ, ਅਤੇ ਉਹਨੇ ਕਿਹਾ ਵੀ ਮੈਂ ਰਾਜ ਦਾ ਸਮਾਨ ਲੈ ਕੇ ਆਇਆ, ਮੈਨੂੰ ਸਮਾਨ ਲੈ ਲਓ। ਉਹਨੇ ਬੂਹਾ ਖੋਲ੍ਹਿਆ, ਉਹਨਾਂ ਉਦੋਂ ਹੀ ਜਫਾ ਮਾਰ ਕੇ ਅਤੇ ਮੂੰਹ ਮਾਂ ਉਹਦਾ ਬੰਨ ਕੇ, ਉਹਦੇ ਹੱਥ ਪੈਰ ਬੰਨ ਕੇ, ਅਤੇ ਬਾਕੀ ਉਹਨਾਂ ਵਾਰਦਾਤ ਸ਼ੁਰੂ ਕਰਤੀ। ਜੋ ਅਸੀਂ ਅੱਖੀਂ ਵੇਖਣ ਵਾਲੀ ਗੱਲ ਹੈ ਕਿ ਦੋਵਾਂ ਕਮਰਿਆਂ ਦੇ ਵਿੱਚ ਬੁਰੀ ਤਰ੍ਹਾਂ ਸਮਾਨ ਖਿਲਰਿਆ ਹੋਇਆ, ਔਰ ਉਹ ਕਿਸੇ ਬੰਦੇ ਨਾਲ ਸੰਪਰਕ ਕਰ ਰਿਹਾ ਅਤੇ ਉਹਨੂੰ ਦੱਸ ਰਿਹਾ ਕਿ ਇਹ ਜੋ ਸਮਾਨ ਹੈ ਫਲਾਣੇ ਥਾਂ ਪਿਆ, ਫਲਾਣੇ ਸਮਾਂ ਇੱਕ ਗੋਲਕ ਪਈ ਸੀ ਉਹਦਾ, ਉਹਨਾਂ ਕਿਹਾ ਇਹਨੂੰ ਨਹੀਂ ਛੇੜਨਾ, ਇਹ ਬਾਬੇ ਦੀ ਗੋਲਕ ਆ, ਬਾਕੀ ਕੁਛ ਨਾ ਛੱਡੇ। ਫਲਾਣੇ ਸਾਹਿਬ ਸੋਨਾ ਪਿਆ, ਸਾਡੇ ਕੋਲ ਪੈਸੇ ਪਏ ਆ, ਜੋ ਵੀ ਹੈ, ਜਿਵੇਂ ਕਿ ਉਹ ਇੰਜ ਲੱਗਦਾ ਜਿਸ ਤਰ੍ਹਾਂ ਉਹ ਬੋਲ ਰਿਹਾ ਸੀ ਕਿ ਜਾਣ ਪਛਾਣ ਵਾਲੇ ਕੋਈ ਬੰਦੇ ਦੇ ਆ। ਇੰਨੀ ਕੁ ਗੱਲ ਸਾਨੂੰ ਪਤਾ ਜੀ। ਤੁਹਾਨੂੰ ਇਹ ਗੱਲਾਂ ਪਤਾ ਕਿਵੇਂ ਪਤਾ ਲੱਗੀ ਜੀ? ਸਾਨੂੰ ਤਾਂ ਇੱਥੇ ਜਦੋਂ ਰੌਲਾ ਪਿਆ ਸਵੇਰੇ 9 ਵਜੇ ਤੋਂ ਬਾਅਦ ਪਤਾ ਲੱਗਾ ਜੀ, ਰਾਤ ਨਹੀਂ ਪਤਾ ਲੱਗਾ ਸਾਨੂੰ। ਅਸੀਂ ਤਾਂ ਠੰਡ ਦੇ ਟਾਈਮ ਸਾਰੇ ਅੰਦਰ ਵੜ ਕੇ ਪਏ ਅਤੇ ਨਹੀਂ ਪਤਾ ਲੱਗ ਰਿਹਾ। ਘਰ ਦੇ ਵਿੱਚ ਕੌਣ ਕੌਣ ਰਹਿੰਦੇ ਜੀ ਇਹਨਾਂ ਦੇ? ਇਹਨਾਂ ਦੇ ਘਰ ਦੇ ਵਿੱਚ ਆਪ ਰਹਿੰਦਾ, ਇਹਦੀ ਵਾਈਫ ਆ, ਵਾਈਫ 'ਤੇ ਬਾਹਰ ਗਈ ਹੋਈ ਆ ਕਿਤੇ, ਉਹ ਅੱਜ ਆ ਰਹੀ ਹੈ, ਸ਼ਾਇਦ ਅੱਜ ਆ ਜਾਏ ਜਾਂ ਸਵੇਰੇ ਆ ਜਾਏ। ਇਹ ਨਾਲ ਇਹਦੇ ਹੋਰ ਵੀ ਆ ਜੇ ਭਰਾ ਵਾ ਨਾਲ ਰਹਿੰਦੇ ਆ, ਮਤਲਬ ਆਉਂਦੇ ਜਾਂਦੇ ਅਸੀਂ ਤਾਂ ਦੇਖਦੇ ਇਹਨਾਂ ਨੂੰ, ਰਾਤ ਕੋਈ ਨਹੀਂ ਸ਼ਾਇਦ ਰਹਿੰਦਾ। ਇਹ ਦੋਵੇਂ ਜੀ ਤੇ ਨਾਲ ਮਾਤਾ ਇਹਨਾਂ ਦੀ ਆ। ਮਾਤਾ ਜੀ ਘਰ ਇਕੱਲੇ ਸਨ? ਮਾਤਾ ਉਸ ਟਾਈਮ 'ਤੇ ਮਾਤਾ ਜੀ ਇਕੱਲੇ। ਤਾਂ ਹੋਰ ਕੋਈ ਜਾਣਕਾਰੀ ਹੈ ਜੀ? ਨਹੀਂ, ਹੋਰ ਕੋਈ ਜਾਣਕਾਰੀ।